ਸੋਜਬਾ ਪਹੁੰਚੇ ਆ ਸ਼ਹਿਰ ਮੋਹਾਲੀ ਰਤਨ ਕਾਲਜ ਮੋਹਾਲੀ सत श्री अकाल जी, तुसीं वेख रहे हो दिशा अपडेट न्यूज़। मैं हरमन मियापुरी, प्रोग्राम मस्ती का फंडा भी तुहाडा स्वागत है। सो इस प्रोग्राम च आपां तुहानूं लैके चलदे हां किसे पब्लिक प्लेस जां किसे कॉलेज। सो अज आपां पहुंचे हां शहर मोहाली। रतन कॉलेज मोहाली, सो इत्थों दे स्टूडेंट नाल गलबात करांगे, देखांगे इहनां च किन्ना क टैलेंट है। आ जाओ फिर चलदे हां स्टूडेंट नाल गलबात करन। देखते इतों के बच्चों से कितना टैलेंट है। वक् वक् स्टेटा के बच्चे पढ़ते हैं। सो जाओ गलबात कराने थोड़ी बच्चों नाल। और ठीक हो सारे? सब कुड़िया कुड़िया इतों दिया बड़िया शानदार लग रही, देखने सुंदर है, कश्मीरी लुक लग रही है। तो मुंडे भी किसी नाल घट नहीं भाई, सरदार मेरा वीर खड़ा पग वास्ते, ताड़ी मार दे कोरे दे वास्ते। सो लेडीज़ फर्स्ट है। पहला आप कुड़ियों गलबात करांगे, बिल्कुल कश्मीर दी लग रही ने, कश्मीर दी कलियां लग रही ने। सो सत श्री अकाल जी। सत श्री अकाल। की नाम अपना? शिवानी। की करते हो? मैं बीएससी नर्सिंग। शौक की ने, हॉबीज की है तुम्हारी? शौक तो बहुत सारे ने। की एक शौक दसो? शौक नचना गाना सारा कुछ है। नच के दिखाओ जो। सो एक बार ताड़ी मार देने वास्ते जोरदार क्लैपिंग एवरीबॉडी। ਸਰਦਾਰ ਸਾਹਿਬ ਖੜੇ ਨੇ ਸਾਡੇ ਨਾਲ ਵੀਰ ਜੀ। ਵਧੀਆ ਜੀ। ਕੀ ਨਾਮ ਜੀ ਆਪਣਾ? ਜਸ਼ਨ ਸਾਹਿਬ ਸਿੰਘ। ਪਾ ਕੇ ਬੜੀ ਸੋਹਣੀ ਬੰਨੀ ਮੁੰਡੇ, ਪਾ ਕੇ ਵਾਸਤੇ ਤਾੜੀ ਮਾਰ ਦੇ ਇੱਕ ਵਾਰੀ ਖੁੱਲ ਕੇ ਸਾਰੇ ਜਣੇ। ਧੰਨਵਾਦ। ਇਧਰ ਮੋਹਾਲੀ ਕੀ ਕਰਦੇ ਹੋ? ਬੀਐਡ। ਹੋਬੀਜ਼ ਕੀ ਹੈ? ਮੇਰਾ ਲਿਖਿਆ ਗਾਣਾ ਹੈਗਾ। ਬੋਲੋ। ਤੈਨੂੰ ਕੀ ਪਤਾ ਕਿੰਨਾ ਤੈਨੂੰ ਚਾਹਵਾ, ਕਦੇ ਹਾਇਆ ਕਰਦੇ ਤੂੰ ਨਾ, ਪਿਆਰ ਵਿੱਚ ਤੇਰੇ ਹੈਗਾ ਨੀ ਮੈਂ ਫਸਿਆ, ਇੱਕ ਪਾਸੇ ਦੇ ਸਾਨੂੰ ਤੁਲਾ, ਤੈਨੂੰ ਕੀ ਪਤਾ ਕਿੰਨਾ ਤੈਨੂੰ ਚਾਹਵਾਂ, ਕਰਦੇ ਹਾਂ ਕਰਦੇ ਤੂੰ ਨਾ, ਪਿਆਰ ਵਿੱਚ ਤੇਰੇ ਹੈਗਾ ਨੀ ਮੈਂ ਫਸਿਆ, ਇੱਕ ਪਾਸੇ ਦੇ ਸਾਨੂੰ ਤੁਲਾ। ਗਾਣੇ ਦੇ ਬੋਲ ਸੀ ਪਿਆਰ ਤੇਰੇ ਵਿੱਚ ਫਸਿਆ, ਪਿਆਰ ਤੇਰੇ ਵਿੱਚ ਫਸਿਆ। ਕਿਹਦੇ ਪਿਆਰ ਚ ਫਸੇ ਹੋ? ਪਤਾ ਨਹੀਂ ਜੀ, ਉਸ ਵੇਲੇ ਆਈ ਲਿਖਤਾ ਸੀ ਗਾਣਾ। ਨਹੀਂ ਲੈ ਫਸੇ ਨਹੀਂ, ਫਸਣਾ ਹੈ ਪੁਰਾਣਾ ਹੋ ਗਿਆ ਜੀ ਕਾਫੀ ਗਾਣਾ ਹੁੰਦਾ। ਅੱਛਾ। ਸਿੱਧੂ ਮੂਸੇ ਨਾਲ ਤੇ ਇੱਕ ਥਾਪੀ ਹੋ ਜਾਏ ਜੋਰ ਦੇ। ਜ਼ੋਰਦਾਰ ਕਲੈਪਿੰਗ ਸਿੱਧੂ ਮੂਸੇ ਵਾਲੇ ਵਾਸਤੇ ਮਾਰ ਦਿਓ ਤੇ ਵੀਰ ਵਾਸਤੇ ਮਾਰ ਦਿਓ। ਕੀ ਕਰਦੇ ਹੋ? ਬੀਏ ਫਸਟ ਈਅਰ ਚ ਹੈ। ਕਿੱਥੋਂ ਬਲੋਂਗ ਕਰਦੇ ਹੋ? ਮੈਂ ਹੈਗਾ ਅੰਬਾਲੇ ਤੋਂ, ਵੈਸੇ ਰਹਿਣਾ ਖਰੜੀ ਆ। ਅੱਛਾ।
ਹਾਂ ਜੀ ਹਾਂ ਜੀ ਕਰੋ ਪਿਆਰ ਮਿਲਦਾ 70 ਰੁਪਏ ਵਧੀਆ ਪਿਆਰ ਮਿਲਦਾ ਜੀ 70 ਰੁਪਏ ਕਰ ਅੱਛਾ ਠੀਕ ਹੈ ਕੀ ਹੋਬੀ ਸਕੀ ਸ਼ੌਕ ਲਿਖਣਾ ਜੀ ਲਿਖਦੇ ਕੀ ਲਿਖਦੇ ਹੋ ਸ਼ਾਇਰੀ ਸ਼ਾਇਰ ਸੁਣਾਓ ਫਿਰ ਕੁਝ ਮੰਮੀ ਮਾਂ ਤੇ ਲਿਖੀ ਵੀ ਹੈ ਜੀ ਮੈਂ ਆਪਣੀ ਤੈਨੂੰ ਕਿਵੇਂ ਭੁਲਾਵਾਂ ਮਾਂ ਮੈਂ ਤੇਰੇ ਕਰਕੇ ਹਾਂ ਸਭ ਰਿਸ਼ਤੇ ਝੂਠੇ ਨੇ ਇੱਕ ਤੇਰਾ ਰਿਸ਼ਤਾ ਸੱਚਾ ਮਾਂ ਅੱਜ ਕੱਲ੍ਹ ਹਰ ਰਿਸ਼ਤੇ ਵਿੱਚ ਵੜ ਗਿਆ ਸਵਾਰਥ ਇੱਕ ਤੇਰਾ ਰਿਸ਼ਤਾ ਨਿਰਸਵਾਰਥ ਮੇਰੀ ਮਾਂ ਮੰਮੀ ਤੇ ਨਹੀਂ ਪਿਆਰ ਕਰਦੇ ਬਹੁਤ ਪਿਆਰ ਕਰਦੇ ਕੁੜੀਆਂ ਵੱਲ ਚੱਲਦੇ ਹੁਣ ਆਪਾਂ ਇੱਧਰ ਇਹ ਕਸ਼ਮੀਰ ਵਾਲੇ ਨਹੀਂ ਇੱਧਰ ਪੰਜਾਬ ਵਾਲੇ ਇੱਧਰ ਚੱਲਦੇ ਆ ਸਨੇਹਾ ਸਨੇਹਾ ਕੀ ਕਰਦੇ ਮੈਂ GNM ਨਰਸਿੰਗ ਕਰ ਰਹੀ ਹਾਂ ਜੀ ਨਰਸ ਬਣਨਾ ਵੀਡੀਓ ਹਾਂ ਜੀ ਠੀਕ ਹੈ ਇੰਜੈਕਸ਼ਨ ਲਾ ਕੇ ਸਹੀ ਹੈ ਸਾਡੇ ਲਗੇ ਅਸੀਂ ਵੀ ਲਾਉਂਗੇ ਕੀ ਸ਼ੌਕ ਨੇ ਮੇਰੇ ਬਹੁਤ ਸਾਰੇ ਸ਼ੌਕ ਹੈ ਬਹੁਤ ਸਾਰੇ ਚ ਕੋਈ ਇੱਕ ਡਾਂਸਿੰਗ ਸਿੰਗਿੰਗ ਬਥੇਰੇ ਡਾਂਸ ਕਰਕੇ ਦੋਗੇ ਡਾਂਸ ਕੀਤਾ ਸਨੇਹਾ ਨੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਕੀ ਨਾ ਆਪਣਾ ਤਰੁਣ ਤਰੁਣ ਕੀ ਕਰਦੇ ਹੋ ਕੁਝ ਬੀਏ ਫਸਟ ਕਿੱਥੋਂ ਬਲੌਗ ਕਰਦੇ ਹੋ ਸੁਣਾ ਕੀ ਸੁਣਾਓਗੇ ਗਾਣਾ ਉਹ ਸਾਡਾ ਕਿਹੜਾ ਬਾਪੂ ਘਰ ਦਾ ਬਲੈਕ ਨਹੀਂ ਜਿਹੜਾ ਤੇਰੇ ਸ਼ਹਿਰ ਲੈ ਲਵਾਂ ਫਲੈਟ ਨਹੀਂ ਉਹ ਮੈਨੂੰ ਮੁੜਦੇ ਨੂੰ ਪਿੰਡ ਮੁੜ ਲੈਣ ਦੇ ਨਹੀਂ ਕੰਮ ਉੱਥੇ ਪਏ ਨੇ ਬੜੇ ਯਾਰੀ ਚੰਡੀਗੜ੍ਹ ਵਾਲੀਏ ਨਹੀਂ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ ਕਰਾ ਗਈ ਹੱਥ ਖੜੇ ਕਿਹੜੀ ਚੰਡੀਗੜ੍ਹ ਵਾਲੀ ਕਿਹੜੀ ਕੋਈ ਨਹੀਂ ਆ ਵੈਸੇ ਗਾਣਾ ਗਾਤਾ ਵੈਸੇ ਗਾਣਾ ਗਾਤਾ ਜਾਣੀ ਹੈ ਨਹੀਂ ਹਲੇ ਕੋਈ ਨਹੀਂ ਕਹਿ ਗਈ ਨਹੀਂ ਨਹੀਂ ਦੱਸ ਗਾ ਅੱਛਾ ਕੀ ਰਾਜੀ ਬਣਾ ਗੁਰਦੀਪ ਗੁਰਦੀਪ ਹਾਂਜੀ ਕੀ ਕਰਦੇ ਹੋ BSc ਨਰਸਿੰਗ ਕਿੱਥੋਂ ਬਲੌਂਗ ਕਰਦੇ ਹੋ ਰੋਪੜ ਸਾਈਡ ਭੰਗੜਾ ਭੰਗੜਾ ਪਕੜ ਦੋ ਦੋ ਆ ਜਾ ਐਵਰੀਬਡੀ ਪਲੀਜ਼ ਕਲੈਪਿੰਗ ਮੇਰੇ ਸ਼ਹਿਰ ਤੋਂ ਆ ਕੁੜੀ ਰੋਪੜ ਤੋਂ ਜ਼ੋਰਦਾਰ ਤਾੜੀਆਂ ਮਾਰ ਦਿਓ ਭੁੱਲ ਕੇ ਵੀ ਤੈਨੂੰ ਕਦੇ ਮਨੋ ਨਾ ਭੁਲਾਵਾਂ ਤੂੰ ਮਾਫ ਕਰੀ ਮੇਰੀਆਂ ਖਤਾਵਾਂ ਤੂੰ ਤੇ ਕਦੇ ਛੱਡਣਾ ਨੀ ਮੈਂ ਛੱਡ ਕੇ ਨਾ ਜਾਵਾਂ ਤੂੰ ਮਾਫ ਕਰੀ ਮੇਰੀਆਂ ਖਤਾਵਾਂ ਥੈਂਕ ਯੂ ਜ਼ੋਰਦਾਰ ਤਾੜੀ ਮਾਰ ਦੇਣ ਵਾਸਤੇ ਹਾਂਜੀ ਕੀ ਨਾ ਜੀ ਸ਼ਿਫਾ ਸੈਮਸਨ ਕੀ ਕਰਦੇ ਮੈਂ GNM ਨਰਸਿੰਗ ਫਸਟ ਕਿੱਥੋਂ ਬਲੌਂਗ ਕਰਦੇ ਚੰਡੀਗੜ੍ਹ ਮੈਂ ਪਿਆਰ ਤੋਂ ਵੱਧ ਤੈਨੂੰ ਪਿਆਰ ਕਰਾਂ ਤੈਨੂੰ ਸਜਦਾ ਸੋਹਣੇ ਲੱਖ ਵਾਰ ਕਰਾਂ ਮੈਂ ਪਿਆਰ ਤੋਂ ਵੱਧ ਤੈਨੂੰ ਪਿਆਰ ਕਰਾਂ ਤੈਨੂੰ ਸਜਦਾ ਸੋਹਣੇ ਲੱਖ ਵਾਰ ਕਰਾਂ ਜੇ ਦਿਨ ਨੂੰ ਕਹਿ ਦੇ ਤੂੰ ਰਾਤ ਮਾਹੀ ਵੇ ਮੈਂ ਰਾਤ ਸਮਝ ਐਤਬਾਰ ਕਰਾਂ
मैं तेरे लई दुनिया नु छड़या तेरे लई दूर अपने करे वे मैं तेनु किन्ना चाहनिया ए गल तेरी सोच तो परे मैं साह बिन सार ना सकदी तेरे बिन पल भी ना सरे वे मैं तेनु किन्ना चाहनिया ए गल तेरी सोच तो परे मेरे फादर म्यूजिक टीचर हैं जी जी। वो म्यूजिक प्ले करते हैं तो मेरा जो ब्लड है मेरे ब्लड में ही म्यूजिक है तो म्यूजिक मेरा पैशन है सिंगिंग मेरा पैशन है तो मैंने उन्हीं से सीखा है पापा से ही सीखा है सब कुछ मैं जाने ये वार दूं हर जीत भी हार दूं कीमत हो कोई तुझे बेइंतहा प्यार दूं मैं जान ये वार दूं हर जीत भी हार दूं कीमत हो कोई तुझे बेइंतहा प्यार दूं सारी हदें मेरी अब मैंने तोड़ दी देकर मुझे पता आवारगी बन गए हाँ हंसी बन गए हाँ नमी बन गए तुम मेरे आसमां मेरी जमी बन गए आ आ आ थैंक यू सो मच पंजाबी समझते हो हिंदी हिंदी कहाँ से लद्दाख से क्या नाम है आपका मेरा नाम स्टैंजन सेवांग है क्या कर रहे हैं आप बीएससी नर्सिंग है क्या हॉबीज क्या चल रही हॉबीज प्लेइंग प्लेइंग फुटबॉल वॉलीबॉल से भी है सिंगिंग वगैरह कोई डांस उतना नहीं है हम तीनों सिंगिंग करके गाएं जिस दिन थन पे से रूम निसके यो ज्यादा शोस्यो जिस दिन थन पे से रूम निसके यो ज्यादा शोस्यो आहा हास की पालम निसके यो जोंस करवो आहा हास की पालम निसके यो ज्यादा स्को मैनू अजे सोंग का कुछ याद नहीं आ रहा था बट आई कैन से कुछ शब्द मैं जरूर कहना चाहूँगा ताडे चैनल के माध्यम के थ्रू मैं दसना चाहना कि ये रतन कॉलेज काफ़ी पुराना कॉलेज है जी और असी इत्थे गर्ल्स नू एजुकेशन प्रोवाइड करते हैं ज़्यादातर रिगार्डिंग नर्सिंग दे विच तो मैं ही कहूँगा जिसे ओल्ड कॉलेज सारे बच्चे इत्थे आके पढ़ सकते हैं अच्छी एजुकेशन सिस्टम है एंड वी वेलकम यू ऑल थैंक यू जोरदार ताड़ियां सर वास्ते ਮੈਮ ਨਾਲ ਗੱਲ ਕਰਦੇ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਆਪਣਾ ਸਾਕਸ਼ੀ ਸ਼ਰਮਾ ਸਾਰੇ ਬੱਚੇ ਤੁਸੀਂ ਬੜੇ ਫੇਵਰਿਟ ਕੀ ਕਰਦੇ ਤੁਹਾਡੇ ਸਪੋਰਟਸ ਨਾ ਨਾ ਕੋਈ ਫੇਵਰਿਟ ਮਤਲਬ ਇਨਸੇ ਪੁੱਛੀਏ ਕਾਰਨ ਕਿਆ ਹੈ ਕੀ ਕਾਰਨ ਮੈਮ ਦੇ ਤੁਹਾਡੇ ਸਪੋਰਟਸ ਤੁਸੀਂ ਸਾਰੇ ਬੜੇ ਫੇਵਰਿਟ ਤੁਹਾਡੇ ਮੈਮ ਮੈਨੂੰ ਡਾਂਸ ਕਰਨਾ ਔਰ ਘੁੰਮਣਾ ਕਾਂ ਘੁੰਮ ਕੇ
लद्दाख, बहुत सारी जगह पे ऐसे तो मतलब बहुत सारी जगह घूम गई हूँ। सिंगिंग को डांस कर रहा है? हाँ डांस का मुझे शौक है, लेकिन मैम डांस का शौक है, मैं डांस करके गई। ਸਾਡੇ ਨਾਲ ਗਰਲਸ ਨੇ ਉਹਨਾਂ ਗੱਲ ਕਰਾਂਗੇ। ਕੀ ਨਾਮ ਜੀ ਆਪਣਾ? ਪੂਨਮ। ਕੀ ਕਰਦੇ ਹੋ? ਮੈਂ ਬੀ ਐਸ ਨਰਸਿੰਗ ਕਰਦੀ ਹਾਂ। ਬਟ ਮੈਂ ਕੀ ਕਰਕੇ ਗਾਓ? ਡਾਂਸ। ਸੋ ਅਸੀਂ ਪ੍ਰੋਗਰਾਮ ਮਸਤੀ ਕਾ ਪੰਡਾ ਜਿੱਥੇ ਆਪਾਂ ਨੇ ਰਤਨ ਗਰੁੱਪ ਇੰਸਟੀਚਿਊਟ ਦੇ ਬੱਚਿਆਂ ਨਾਲ ਖੂਬ ਮਸਤੀ ਕੀਤੀ, ਤੇ ਸਾਨੂੰ ਤਾਂ ਇੱਥੇ ਆ ਕੇ ਵਧੀਆ ਲੱਗਿਆ, ਤੇ ਬੱਚਿਆਂ ਨੂੰ ਪੁੱਛਦੇ ਤੁਹਾਨੂੰ ਕਿੱਦਾਂ ਦਾ ਲੱਗਿਆ? ਅਸੀਂ ਇੱਕ ਵਾਰੀ ਹੂਟਿੰਗ ਕਰਕੇ ਦੱਸੋ ਸਾਰੇ ਕਿੱਦਾਂ ਲੱਗਿਆ। ਸੋ ਇੱਥੇ ਜਿੱਥੇ ਵੱਖ ਵੱਖ ਰਾਜਾਂ ਦਾ ਬੱਚੇ ਪੜ੍ਹਦੇ ਨੇ, ਇੱਥੇ ਪੰਜਾਬ ਦਾ ਟੈਲੈਂਟ ਉੱਭਰ ਕੇ ਸਾਹਮਣੇ, ਉੱਥੇ ਲੱਦਾਖ ਦਾ, ਕਸ਼ਮੀਰ ਦੀਆਂ ਕਲੀਆਂ ਤੁਸੀਂ ਦੇਖ ਰਹੇ ਹੋ। ਸੋ ਬਹੁਤ ਟੈਲੈਂਟ ਬੱਚੇ ਨੇ, ਤੇ ਇੱਥੋਂ ਦੇ ਬੱਚਿਆਂ 'ਚ ਬਹੁਤ ਟੈਲੈਂਟ ਹੈ। ਕੱਲ੍ਹ ਕਿਸੇ ਹੋਰ ਕਾਲਜ ਤੁਹਾਨੂੰ ਲੈ ਕੇ ਚੱਲਾਂਗੇ ਪ੍ਰੋਗਰਾਮ ਮਸਤੀ ਕੇ ਫੰਡਰ ਨਾਲ। ਸੋ ਬਣੇ ਰਹੋ ਸਾਡੇ ਨਾਲ, ਸਾਡੇ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਕੈਮਰਾਮੈਨ ਜਸ਼ਵਿੰਦਰ ਦੇ ਨਾਲ ਮੈਂ ਹਰਮਨ ਮੀਆਂਪੁਰੀ, ਦਿਸ਼ਾ ਅਪਡੇਟਸ ਨਿਊਜ਼, ਮੋਹਾਲੀ।